ना की जी तुहाडा इंद्रपाल सिंह सिद्धू। थोड़ा उची बोलो, मैं सुनया नहीं। कान साफ करा। की क्या? कान साफ करा। मेरा जिदन वीजा लग गया हाँ। मैं कनेडा जाते ही ब्याह करा लेना। ਜਾ ਕਰਾ ਲਾ ਕੇ ਉੱਥੇ ਤਾਂ ਸਾਰੀਆਂ ਤੈਨੂੰ ਡੀਕਣ ਡੀਆਂ ਵਾ ਡੀਕਣ ਡੀਆਂ ਕਦੋਂ ਗਗਨ ਆਵੇ ਤੇ ਕਦੋਂ ਗਗਨ ਨੂੰ ਜਫੀ ਪਾਈਏ ਤੇ ਮੈਨੂੰ ਡੀਕਣ ਡੀਆਂ ਹਾਂ ਹੋਰ ਕੀ ਸਾਰੀਆਂ ਹਾਂ ਤੇ ਰੱਖੇਗਾ ਕਿੱਥੇ ਕੋਈ ਨਹੀਂ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮਾ ਪਾਤਸ਼ਾਹੀ ਦਸਵੀਂ ਕਮਾਲੇ ਕਰਾਮਾ ਤੇ ਕਾਇਮ ਕਰੀਮ ਰਾਜ਼ਾ ਬਖਸ਼ ਰਾਜ਼ ਪ੍ਰੋਹਾ ਗੁਨ ਰਹੀਮ ਅਵਾ ਬਖਸ਼ ਬਖਸ਼ਿੰਦੇ ਓ ਦਸਤਗੀਰ ਖਤਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ ਹੋ ਦਿਲ ਪਜ਼ੀਰ ਸ਼ਹਿਨ ਸ਼ਾਹ ਖੂਬੀ ਦੇ ਹੋ ਰਹਿਨਮੂ ਕੇ ਬੇਗੁਨੋ ਬੇਚੂ ਨਾ ਚੂਬੇ ਨਮੂ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦੇ ਤੇਜੀ ਯਾਰ ਆ ਯਾਰ ਲੋਕੀ ਬਹੁਤ ਸ਼ੱਕ ਕਰਦੇ ਅੱਜ ਕੱਲ ਯਾਰ ਉਹ ਯਾਰ ਸਹੀ ਗੱਲ ਆ ਮੁੰਡਿਆਂ ਨਾਲ ਜ਼ਿਆਦਾ ਜੀਣਾ ਆਰਾਮ ਆ ਵਾ ਨਾ ਅੱਛਾ ਕਿਦਾਂ ਯਾਰ ਅੱਜ ਕੱਲ ਕਰੇ ਵਿਆਹ ਜੱਜਣ ਮੁੰਡੇ ਤੇ ਮਾੜਾ ਉੱਥੇ ਖੋਲ ਕੇ ਨਾਚ ਨੂੰ ਚਲਾਣ ਤੇ ਮਹੱਲੇ ਦੀਆਂ ਬੜੀਆਂ ਮਗਰ ਗੱਲਾਂ ਕਰਨ ਡੈ ਬਣੀਆਂ ਨੀ ਇਹ ਵੀ ਪੀਣ ਲੱਗ ਗਿਆ ਦਾ ਪਜਾਮਾ ਪਾ ਗਿਆ ਉੱਥੇ ਐਂਕਰ ਉਧਰੋਂ ਆਈ ਸੀ ਬੰਬੇ ਤੋਂ ਮੈਨੂੰ ਕਹਿੰਦੀ ਆਪ ਨਾਈਟ ਸੂਟ ਹੀ ਡਾਲ ਆਏ ਮੈਂ ਕਿਹਾ ਤੇਰਾ ਬੇੜਾ ਤਰ ਜੇ ਜਦੋਂ ਅਸੀਂ ਬਹੁਤ ਟੌਰ ਕੱਢਣੀ ਹੋਏ ਕੁੜਤਾ ਪਜਾਮਾ ਹੀ ਪਾਉਂਦੇ ਬੇਬੇ ਮੈਂ ਕਹਿੰਦੀ ਆ 2 ਮਹੀਨੇ ਹੋਰ ਖੜ ਜਾਂਦੇ ਆਪਾਂ ਕੀ ਕਹਿੰਦੀ ਆ ਥੋੜੀ ਠੰਡ ਵੀ ਘਟ ਜੂਗੀ ਗਰਮੀ ਬੜੀ ਕਿੱਥੇ ਪੈਂਦਾ ਕੋਟੀਆਂ ਸਵੈਟਰ ਕਿਉਂ ਫਫੜਾ ਓਏ ਆ ਚਿੰਦਰੂ ਸਾਨੂੰ ਨਿਕਲਿਕਾਂ ਪੈਂਦੀਆਂ ਸਾਨੂੰ ਹੁੰਦੇ ਨਹੀਂ ਵਿਊ ਸਰਕਾਰ ਹੈ ਖਾੜਿਆਂ ਦਾ ਕੱਠ ਦੱਸਦਾ ਖਾੜਿਆਂ ਦੇ ਵਸਤੋਂ ਤੂੰ ਵੀ ਖੋਲੀ ਰੱਬ ਨੇ ਭਰਿਆ ਕੁੱਟ ਸਬਰ ਮੈਂ ਕੌੜੇ ਦਾ ਨਾ ਮਾਨ ਕੋਈ ਨਾ ਖਾਨ ਮੈਂ ਦੇਸੀ ਜੱਟ ਹਾਂ ਪਿੰਡ ਖਰੌੜੇ ਦਾ ਆ 6 ਫੁੱਟੇ ਸਰੀਰ ਤੇ ਬਾਲੇ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਆ ਕਹਿੰਦੇ ਜੀ ਭੜਕਾਉਂਦਾ ਮੁੰਡਿਆਂ ਨੂੰ ਅੱਜ ਕੱਲ੍ਹ ਇਹ